ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਸ਼ਹਿਰ ਦੀਆਂ ਸਮੂਹ ਸੰਗਤਾਂ ਇਲਾਕਾ ਨਿਵਾਸੀਆਂ ਵੱਲੋਂ ਔਰ ਵਪਾਰਕ ਜਥੇਬੰਦੀਆਂ ਵੱਲੋਂ ਜੋ ਨਗਰ ਕੀਰਤਨ ਦੁਆਬੇ ਦੇ ਕੇਂਦਰੀ ਅਸਥਾਨ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਵੱਲੋਂ ਸਜਾਇਆ ਜਾ ਰਿਹਾ ਹੈ ਉਸ ਦੇ ਵਿੱਚ ਦਤਾਰ ਪਾਤਸ਼ਾਹ ਦੀ ਮਿਹਰ ਦੇ ਨਾਲ ਜੋ ਸਵੇਰ ਦਾ ਸਮਾਂ ਰੱਖਿਆ ਗਿਆ ਔਰ ਸੰਗਤਾਂ ਨੇ ਭਾਰੀ ਇਕੱਠ ਨਾਲ ਸ਼ਮੂਲੀਅਤ ਕੀਤੀ ਹੈ। ਧੰਨਵਾਦ ਹੈ ਸੰਗਤਾਂ ਦਾ, ਧੰਨਵਾਦ ਹੈ ਸਾਰੀਆਂ ਸੇਵਾ ਸੁਸਾਇਟੀਆਂ ਦਾ ਜਿਨ੍ਹਾਂ ਨੇ ਲੰਗਰਾਂ ਨਾਲ ਸੰਗਤਾਂ ਦੀ ਆਓ ਭਗਤ ਕੀਤੀ। ਔਰ ਇਸ ਮੌਕੇ 'ਤੇ ਅਸੀਂ ਪ੍ਰਧਾਨ ਜੀ ਸਰਮੋਹਨ ਸਿੰਘ ਜੀ ਢੀਂਡਸਾ ਅਤੇ ਸਮੂਹ ਮੈਂਬਰਾਂ ਵੱਲੋਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਇਨਸਾਨੀਅਤ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ। ਪ੍ਰਸ਼ਾਸਨ ਵੱਲੋਂ ਸਹਿਯੋਗ ਹੈ, ਇੱਕ ਤਾਂ ਸਵੇਰ ਵੇਲੇ ਟ੍ਰੈਫਿਕ ਵੈਸੇ ਹੀ ਘੱਟ ਹੁੰਦਾ, ਦੂਸਰਾ ਅਸੀਂ ਜੋ ਪੋਲਿਊਸ਼ਨ ਨੂੰ ਕਲੀਅਰ ਕਰਨ ਲਈ, ਪੋਲਿਊਸ਼ਨ ਨੂੰ ਸਾਫ਼ ਕਰਨ ਦੇ ਲਈ ਅਸੀਂ ਜੋ ਟੈਂਪੂ ਟਰਾਲੀਆਂ ਜੋ ਪਿਛਲੀ ਵਾਰੀ ਸੰਗਤਾਂ ਦੀ ਕਹਿਣ 'ਤੇ ਐਕਸਪੈਰੀਮੈਂਟ ਕੀਤਾ ਸੀ ਉਹ ਕਾਮਯਾਬ ਹੋਇਆ। ਸੰਗਤਾਂ ਬਹੁਤ ਉਤਸ਼ਾਹਿਤ ਨੇ ਇਸ ਤਰ੍ਹਾਂ ਦੇ ਨਗਰ ਕੀਰਤਨ। ਰੋਡ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋ ਕੇ ਜੋ ਪੁਰਾਤਨ ਰੂਟ ਹੈ, ਉਸ ਤੋਂ ਬਾਅਦ ਅਜੀਤ ਚੌਂਕ ਗੁਰਦੁਆਰਾ ਦੀਵਾਨ ਅਸਥਾਨ, ਗੁਰਦੁਆਰਾ ਦੀਵਾਨ ਅਸਥਾਨ ਤੋਂ ਮਿਲਾਪ ਚੌਂਕ, ਭਗਤ ਸਿੰਘ ਚੌਂਕ, ਅੱਡਾ ਹੁਸ਼ਿਆਰਪੁਰ, ਉਸ ਤੋਂ ਬਾਅਦ ਮਾਈ ਹੀਰਾ ਗੇਟ, ਮਾਈ ਹੀਰਾ ਗੇਟ ਤੋਂ ਪਟੇਲ ਚੌਂਕ, ਜੇਲ੍ਹ ਰੋਡ, ਬੱਸੀ ਅੱਡਾ, ਜੋਤੀ ਚੌਂਕ, ਜੋਤੀ ਚੌਂਕ ਤੋਂ ਨਿਆ ਬਾਜ਼ਾਰ, ਮਿਲਾਪ ਚੌਂਕ ਤੋਂ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਕਰੀਬ 12:15 ਵਜੇ ਸਮਾਪਤ ਹੋਏ।